ਕਲਾਸ 6 ਐਕਸਰਸਾਈਜ਼ 3.3 ਸਮ ਨੰਬਰ 3 ਸੌਰਟ ਆਊਟ ਇਵਨ ਐਂਡ ਆਡ ਨੰਬਰਸ ਇਹਨਾਂ ਵਿੱਚੋਂ ਬੱਚੇ ਇਵਨ ਤੇ ਆਡ ਨੰਬਰਸ ਪਤਾ ਕਰਨੇ ਆ ਦੇਖੋ ਬੜੇ ਸੌਖੇ ਤਰੀਕੇ ਨਾਲ ਆਪਾਂ ਪਤਾ ਕਰ ਸਕਦੇ ਆ ਤੁਸੀਂ ਕੀ ਕਰਨਾ ਕਿ ਜਿੱਦਾਂ 43 ਆ ਇਹਦਾ 3 48 ਦਾ 8 61 ਦਾ 1 ਲਾਸਟ ਡਿਜਿਟ ਜਿਹੜਾ ਵਨਸ ਵਾਲਾ ਉਹਨੂੰ ਅੰਡਰਲਾਈਨ ਕਰ ਲਿਆ ਕਰੋ ਹੁਣ ਇਹ ਦੇਖਣਾ ਹੈ ਕਿ ਲਾਸਟ ਵਾਲੇ 2 ਦੇ ਟੇਬਲ ਤੇ ਆਉਂਦੇ ਆ ਕਿ ਨਹੀਂ ਆਉਂਦੇ ਤੁਸੀਂ ਲਾ ਕੇ 2 ਦਾ ਟੇਬਲ ਲਿਖ ਸਕਦੇ 2 1 ਜ਼ਾ 2 2 2 ਜ਼ਾ 4 2 3 ਜ਼ਾ 6 2 4 ਜ਼ਾ 8 2 5 ਜ਼ਾ 10 2 6 ਜ਼ਾ 12 2 7 14 ਠੀਕ ਹੈ ਇਸ ਤਰੀਕੇ ਨਾਲ ਤੁਸੀਂ 2 ਦਾ ਟੇਬਲ ਬੱਚੇ ਲਿਖ ਰਹਿਣਾ ਲੱਗੇ ਹੁਣ ਦੇਖੋ 3 ਤਾਂ 2 ਦੇ ਟੇਬਲ ਤੇ ਆਉਣੀ ਨਹੀਂ ਲਿਆ ਜਿਹੜਾ 2 ਦੇ ਟੇਬਲ ਤੇ ਨਹੀਂ ਆ ਰਿਹਾ ਉਹਨੂੰ ਅਸੀਂ ਆਰਡ ਨੰਬਰ ਕਵਾਂਗੇ ਹੁਣ ਨੈਕਸਟ ਹੈਗਾ 8 8 ਤਾਂ 2 ਦੇ ਟੇਬਲ ਤੇ ਆ ਰਿਹਾ ਨਾ ਦੇਖੋ 2 4 8 ਇਟ ਮੀਨਸ ਇਹ ਕੀ ਹੋਏਗਾ ਈਵਨ ਨੰਬਰ ਅਗੇ 61 ਨਾ 1 ਵੇਖਣਾ ਤੁਸੀਂ ਸਿਰ ਪੂਰਾ 61 ਨਹੀਂ ਦੇਖਣਾ 1 ਦਾ 2 ਦੇ ਟੇਬਲ ਵਿੱਚ ਕਿਤੇ ਵੀ ਨਹੀਂ ਹੈ ਇਟ ਮੀਨਸ ਇਹ ਵੀ ਕੀ ਹੋਏਗਾ ਆਰਡ ਨੰਬਰ ਸੋ ਇਸ ਤਰੀਕੇ ਦੇ ਨਾਲ ਤੁਸੀਂ ਇਹ ਆਡ ਤੇ ਈਵਨ ਨੰਬਰ ਪਤਾ ਕਰਨਾ ਜਿਹੜੇ 2 ਦੇ ਟੇਬਲ ਤੇ ਆਉਂਦੇ ਆ ਲਾਸਟ ਵਾਲਾ ਡਿਜੀਟ ਉਹ ਈਵਨ ਆ ਜਿਹੜਾ ਲਾਸਟ ਵਾਲਾ 2 ਦੇ ਟੇਬਲ ਤੇ ਨਹੀਂ ਆਂਦਾ ਆਡ ਹੋਏਗਾ